ਲਵਪ੍ਰੀਤ ਸਿੰਘ ਅਤੇ ਬਿਆਨਕੌਰ ਦਾ ਮਾਮਲਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਪਰ ਅੱਜ ਤੱਕ ਵੀ ਇਸ ਮਾਮਲੇ ਦੇ ਵਿੱਚ ਕੁਝ ਗੱਲਾਂ ਅਜਿਹੀਆਂ ਨੇ ਜੋ ਕਿ ਸਮਝ ਤੋਂ ਬਾਹਰ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਲਵਪ੍ਰੀਤ ਲਾਡੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਾਫੀ ਜ਼ਿਆਦਾ ਦਿੱਕਤਾਂ ਆਉਣ ਦੀ ਗੱਲ ਕੀਤੀ ਜਾ ਰਹੀ ਹੈ। ਪਰੇਸ਼ਾਨ ਨੇ ਉਹ ਕਿ ਆਖਿਰਕਾਰ 2 ਮਹੀਨੇ ਦਾ ਸਮਾਂ ਹੋਣ ਵਾਲਾ ਹੈ, 24 ਅਗਸਤ ਨੂੰ 2 ਮਹੀਨੇ ਦਾ ਸਮਾਂ ਪੂਰਾ ਹੋ ਜਾਣਾ ਹੈ, ਪਰ ਇਸ ਦੇ ਬਾਵਜੂਦ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਇਨਸਾਫ ਦੀ ਰਾਹ ਨਹੀਂ ਦਿਖ ਰਹੀ। ਉਹ ਚਾਹੁੰਦੇ ਹਨ ਕਿ ਇਸ ਮਾਮਲੇ ਦੇ ਵਿੱਚ ਬੇਅੰਤ ਕੌਰ ਬਾਜਵਾ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਵੇ ਅਤੇ ਉਸਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇੰਨਾ ਹੀ ਨਹੀਂ, ਉਸਦੇ ਪਰਿਵਾਰ 'ਤੇ ਵੀ ਜਿਹੜੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਹੋਣੇ ਚਾਹੀਦੇ ਨੇ, ਉਹ ਸਾਰੀ ਕਾਰਵਾਈ ਮੁਕੰਮਲ ਕੀਤੀ ਜਾਵੇ। ਪਰ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕਰਦੇ ਹੋਏ ਲਵਪ੍ਰੀਤ ਦੀ ਭੈਣ ਦੇ ਵੱਲੋਂ ਕਿਹਾ ਗਿਆ ਸੀ ਕਿ ਹੁਣ ਉਸਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਰਹੀ। ਹਾਲਾਂਕਿ ਪਿਛਲੇ ਦਿਨੀ ਜਦੋਂ ਪ੍ਰੈਸ ਕਲੱਬ ਦੇ ਵਿੱਚ ਸਾਰਾ ਪਰਿਵਾਰ ਪਹੁੰਚਿਆ ਸੀ ਤਾਂ ਇਹ ਕਿਹਾ ਗਿਆ ਸੀ ਕਿ ਜੇਕਰ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਯਾਨੀ ਕਿ ਮੋਤੀ ਮਹਿਲ ਦਾ ਘਿਰਾਓ ਕਰਨਗੇ। ਇਹ ਵੀ ਕਿਹਾ ਗਿਆ ਜਾਂ ਫਿਰ ਉਹ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ। ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ 'ਤੇ ਦਬਾਅ ਬਣਾਉਣ ਦੀ ਪੂਰੀ ਤਰ੍ਹਾਂ ਦੇ ਨਾਲ ਕੋਸ਼ਿਸ਼ ਕੀਤੀ ਗਈ। NH-7 'ਤੇ ਧਰਨਾ ਪ੍ਰਦਰਸ਼ਨ ਕਰਕੇ ਆਵਾਜਾਈ ਨੂੰ ਰੋਕਿਆ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਇਸ ਮਾਮਲੇ ਦੇ ਵਿੱਚ ਸਿੱਟ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਲਵਪ੍ਰੀਤ ਲਾਡੀ ਦੇ ਕੈਨੇਡੀਅਨ ਵਕੀਲ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਬੇਅੰਤ ਕੌਰ ਬਾਜਵਾ ਕੈਨੇਡਾ ਵਿੱਚ ਪੱਕੀ ਹੋ ਜਾਂਦੀ ਹੈ ਪਰ ਬਾਅਦ ਦੇ ਵਿੱਚ ਉਸਦੇ ਕਾਗਜ਼ਾਤਾਂ ਦੇ ਵਿੱਚੋਂ ਕੋਈ ਗਲਤੀ ਜਾਂ ਫਿਰ ਧੋਖਾਧੜੀ ਦਾ ਕੇਸ ਨਿਕਲਦਾ ਹੈ ਤਾਂ ਉਸ ਤੋਂ ਬਾਅਦ ਉਸਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਗੱਲ ਨੂੰ ਕਈ ਵਾਰ ਕਈ ਜਗ੍ਹਾਵਾਂ 'ਤੇ ਕਈ ਲੋਕਾਂ ਦੇ ਵੱਲੋਂ ਨਕਾਰਿਆ ਜਾ ਰਿਹਾ ਹੈ, ਕਿਉਂਕਿ ਉਹਨਾਂ ਦਾ ਮੰਨਣਾ ਇਹ ਹੈ ਕਿ ਜੇਕਰ ਇੱਕ ਵਾਰੀ ਉਹ ਉੱਥੇ ਦੀ ਪੱਕੀ ਸਿਟੀਜ਼ਨ ਹੋ ਜਾਂਦੀ ਹੈ ਤਾਂ ਉਹ ਉਸ ਦੇਸ਼ ਦੀ ਹੀ ਸਿਟੀਜ਼ਨ ਹੋਵੇਗੀ ਅਤੇ ਉਹੀ ਸਰਕਾਰ ਉਸਦਾ ਸਾਰਾ ਨਿਬੇੜਾ ਕਰੇਗੀ। ਇਸ ਗੱਲ ਦੇ ਉੱਤਰ ਵਿੱਚ ਵਕੀਲ ਨੇ ਦੱਸਿਆ ਕਿ ਜਿਹੜੇ ਲੋਕ ਸੋਚਦੇ ਨੇ ਕਿ ਬੇਅੰਤ ਕੌਰ ਬਾਜਵਾ ਡਿਪੋਰਟ ਨਹੀਂ ਹੋ ਸਕਦੀ, ਉਹ ਬਿਲਕੁਲ ਗਲਤ ਸੋਚ ਰਹੇ ਨੇ। ਉਹਨਾਂ ਦੱਸਿਆ ਕਿ ਕੈਨੇਡਾ ਦੇ ਕਾਨੂੰਨ ਬਹੁਤ ਹੀ ਜ਼ਿਆਦਾ ਸਖਤ ਨੇ ਅਤੇ ਜੇਕਰ ਕਿਸੇ ਵੀ ਪ੍ਰਕਾਰ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਉਹ ਇਸ ਸੰਬੰਧੀ ਨਵੇਂ ਕਾਨੂੰਨ ਵੀ ਬਣਾ ਸਕਦੇ ਨੇ, ਕਿਉਂਕਿ ਕੈਨੇਡਾ ਸਰਕਾਰ ਅਜਿਹੇ ਕੰਮਾਂ ਵਾਸਤੇ ਹੀ ਜਾਣੀ ਜਾਂਦੀ ਹੈ। ਕੈਨੇਡਾ ਸਰਕਾਰ ਜੇਕਰ ਦੇਖਦੀ ਹੈ ਕਿ ਕੁਝ ਗਲਤ ਹੋ ਰਿਹਾ ਤਾਂ ਉਸਨੂੰ ਸੁਲਝਾਉਣ ਦੇ ਲਈ ਨਵੇਂ ਕਾਨੂੰਨ ਬਣਾ ਦਿੰਦੀ ਹੈ। ਇਸ ਦੌਰਾਨ ਉਹਨਾਂ ਨੇ ਰਵਦੀਪ ਸਿੰਘ ਜੋਹਲ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ। ਉਹਨਾਂ ਦਾ ਕਹਿਣਾ ਹੈ ਕਿ ਬੇਅੰਤ ਕੌਰ ਬਾਜਵਾ ਦੇ ਧੋਖੇ ਤੋਂ ਬਾਅਦ ਵੀ ਕੀ ਉਹ ਉਸਦੇ ਨਾਲ ਵਿਆਹ ਕਰਵਾਏਗਾ। ਨਾਲੇ ਇਸ ਵਕੀਲ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਕੋਈ ਵੀ ਬੇਅੰਤ ਕੌਰ ਬਾਜਵਾ ਦੇ ਨਾਲ ਹੁਣ ਵਿਆਹ ਕਰਵਾਉਂਦਾ ਹੈ ਤਾਂ ਉਹ ਵੀ ਇਸ ਮਾਮਲੇ ਦੀ ਲਪੇਟ ਵਿੱਚ ਆਵੇਗਾ। ਲਗਾਤਾਰ ਬੇਅੰਤ ਕੌਰ ਬਾਜਵਾ ਦੀਆਂ ਕਈ ਚੈਟਸ ਅਤੇ ਫੋਟੋਆਂ ਵਾਇਰਲ ਹੋ ਰਹੀਆਂ ਨੇ। ਬੇਅੰਤ ਕੌਰ ਦੀਆਂ ਮੁਸ਼ਕਲਾਂ ਇਸ ਕਰਕੇ ਵੀ ਵਧਦੀਆਂ ਨਜ਼ਰ ਆਉਂਦੀਆਂ ਨੇ ਕਿਉਂਕਿ ਇਹ ਸਾਰੀਆਂ ਗੱਲਾਂ ਇੱਕ ਇੱਕ ਕਰਕੇ ਜਨਤਕ ਹੁੰਦੀਆਂ ਜਾ ਰਹੀਆਂ ਨੇ। ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਬੇਅੰਤ ਕੌਰ ਨੂੰ ਡਿਪੋਰਟ ਕੀਤਾ ਜਾਵੇ ਅਤੇ ਬਣਦੀ ਸਜ਼ਾ ਦਿੱਤੀ ਜਾਵੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ, ਲਵਪ੍ਰੀਤ ਦੇ ਪਰਿਵਾਰਕ ਮੈਂਬਰ ਜੋ ਚਾਹੁੰਦੇ ਨੇ ਕਿ ਇਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਬੇਅੰਤ ਕੌਰ ਨੇ ਹੀ ਲਵਪ੍ਰੀਤ ਨੂੰ ਮਰਨ ਦੇ ਲਈ ਮਜਬੂਰ ਕੀਤਾ। ਇੰਨਾ ਹੀ ਨਹੀਂ, ਲਵਪ੍ਰੀਤ ਦੀ ਭੈਣ ਦੇ ਵੱਲੋਂ ਕਿਹਾ ਗਿਆ ਕਿ ਬੇਅੰਤ ਕੌਰ ਨੇ ਲਾਡੀ ਨੂੰ ਤੜਫਾ ਤੜਫਾ ਕੇ ਮਾਰਿਆ। ਕਾਫੀ ਲੰਬੇ ਸਮੇਂ ਤੋਂ ਲਾਰੇ ਲੱਪੇ ਲਾਉਂਦੀ ਰਹੀ ਅਤੇ ਉਸਨੂੰ ਬਾਹਰ ਭੇਜਣ ਦੇ ਵਿੱਚ ਲਵਪ੍ਰੀਤ ਅਤੇ ਉਸਦੇ ਪਰਿਵਾਰ ਨੇ ਪੂਰੀ ਵਾਲ ਲਗਾ ਦਿੱਤੀ ਸੀ। ਹਾਲਾਂਕਿ ਉਸਨੇ ਬਾਹਰ ਜਾ ਕੇ ਲਵਪ੍ਰੀਤ ਨੂੰ ਧੋਖਾ ਦਿੱਤਾ ਅਤੇ ਕਿਸੇ ਹੋਰ ਮੁੰਡੇ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਇਹ ਸਾਰੀਆਂ ਗੱਲਾਂ ਦਾ ਖੁਲਾਸਾ, ਇਹ ਸਾਰੇ ਇਲਜ਼ਾਮਾਤ ਲਵਪ੍ਰੀਤ ਦੀ ਭੈਣ ਦੇ ਵੱਲੋਂ ਬੇਅੰਤ ਕੌਰ 'ਤੇ ਲਗਾਏ ਜਾ ਰਹੇ ਨੇ। ਲਵਪ੍ਰੀਤ ਲਾਡੀ ਦੇ ਪਰਿਵਾਰਕ ਮੈਂਬਰਾਂ ਨੇ ਉਸਦੇ ਫੋਨ ਦੀਆਂ ਵਟਸਐਪ ਚੈਟ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਨੇ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੇਅੰਤ ਕੌਰ ਬਾਜਵਾ ਲਵਪ੍ਰੀਤ ਲਾਡੀ ਨੂੰ ਬਹੁਤ ਜ਼ਿਆਦਾ ਨਜ਼ਰਅੰਦਾਜ਼ ਕਰਦੀ ਸੀ। ਉਸਦੇ ਨਾਲ ਗੱਲਬਾਤ ਘੱਟ ਕਰਦੀ ਸੀ, ਜਦੋਂ ਵੀ ਉਹ ਫੋਨ ਕਰਨ ਦਾ ਸਮਾਂ ਮੰਗਦਾ ਸੀ ਤਾਂ ਕਈ ਤਰ੍ਹਾਂ ਦੇ ਬਹਾਨੇ ਬਣਾਉਂਦੀ ਸੀ, ਕਦੇ ਸਿਰਦਰਦ ਦਾ ਬਹਾਨਾ ਬਣਦਾ ਸੀ ਤਾਂ ਕਦੇ ਕੰਮ 'ਤੇ ਹੋਣ ਦਾ। ਲਵਪ੍ਰੀਤ ਲਾਡੀ ਨੇ ਬੇਅੰਤ ਕੌਰ ਬਾਜਵਾ ਦੀ ਸਹੇਲੀ ਦੇ ਨਾਲ ਵੀ ਗੱਲਬਾਤ ਕੀਤੀ ਸੀ, ਉਹ ਵੀ ਚੈਟ ਸਭ ਦੇ ਸਾਹਮਣੇ ਆਈ ਸੀ। ਬੇਅੰਤ ਕੌਰ ਦੀ ਸਹੇਲੀ ਦੇ ਵੱਲੋਂ ਹੀ ਲਵਪ੍ਰੀਤ ਨੂੰ ਦੱਸਿਆ ਗਿਆ ਸੀ ਕਿ ਉਸਨੇ ਆਪਣਾ ਪਤਾ ਟਿਕਾਣਾ ਬਦਲ ਲਿਆ। ਜਦੋਂ ਲਵਪ੍ਰੀਤ ਨੇ ਪੁੱਛਿਆ ਕਿ ਆਖਿਰਕਾਰ ਉਹ ਜਗ੍ਹਾ ਕਿਉਂ ਬਦਲ ਰਹੀ ਹੈ, ਨੰਬਰ ਕਿਉਂ ਬਦਲ ਰਹੀ ਹੈ, ਤਾਂ ਇਸ ਬਾਰੇ ਉਸਨੂੰ ਕੋਈ ਖਾਸ ਪੁਖਤਾ ਹੱਲ ਨਹੀਂ ਮਿਲਿਆ ਕਿ ਆਖਿਰਕਾਰ ਇੰਝ ਹੋ ਕਿਉਂ ਰਿਹਾ। ਇਹਨਾਂ ਸਾਰੀਆਂ ਗੱਲਾਂ ਤੋਂ ਲਵਪ੍ਰੀਤ ਪਰੇਸ਼ਾਨ ਸੀ। ਬੇਅੰਤ ਕੌਰ ਤੋਂ ਪੁੱਛਦਾ ਸੀ ਤਾਂ ਉਸਨੂੰ ਉਹ ਜਵਾਬ ਨਹੀਂ ਮਿਲਦੇ ਸਨ।
ਇਹ ਸਾਰੀਆਂ ਵਟਸਐਪ ਚੈਟ ਨੂੰ ਦੇਖ ਕੇ ਲੋਕਾਂ ਦਾ ਗੁੱਸਾ ਬਹੁਤ ਹੀ ਜ਼ਿਆਦਾ ਵੱਧਦਾ ਜਾ ਰਿਹਾ। ਬਹੁਤ ਸਾਰੇ ਲੋਕ ਅਜਿਹੀਆਂ ਵੀਡੀਓ ਸਾਂਝੀ ਕਰ ਰਹੇ ਹਨ ਜਿਸ ਦੇ ਵਿੱਚ ਉਹ ਬੇਅੰਤ ਕੌਰ ਬਾਜਵਾ ਨੂੰ ਲਾਂਤਾਂ ਪਾਉਂਦੇ ਦਿਖਾਈ ਦਿੰਦੇ ਹਨ ਅਤੇ ਡਿਪੋਰਟ ਕਰਨ ਦੀ ਵੀ ਗੱਲ ਕਹਿੰਦੇ ਹਨ। ਇਸੇ ਤਰ੍ਹਾਂ ਦੀ ਇੱਕ ਵੀਡੀਓ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਹਮਣੇ ਆਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਲੜਕਾ ਬੇਅੰਤ ਕੌਰ ਨੂੰ ਖਰੀਆਂ ਖੋਟੀਆਂ ਸੁਣਾ ਰਿਹਾ ਸੀ। ਉਹਦਾ ਕਹਿਣਾ ਸੀ ਕਿ ਬੇਅੰਤ ਕੌਰ ਬਾਜਵਾ ਮਾਪਿਆਂ ਦਾ ਪੁੱਤ ਖਾ ਗਈ ਅਤੇ ਅਜੇ ਵੀ ਆਪਣੀ ਗਲਤੀ ਮੰਨਣ ਦੇ ਲਈ ਤਿਆਰ ਨਹੀਂ ਹੈ। ਵਟਸਐਪ ਚੈਟ ਸਾਰੀ ਗੱਲ ਬਿਆਨ ਕਰ ਰਹੀ ਹੈ ਕਿ ਬੇਅੰਤ ਕੌਰ ਬਾਜਵਾ ਲਵਪ੍ਰੀਤ ਲਾਡੀ ਦੇ ਵਿੱਚ ਕਿਸ ਤਰ੍ਹਾਂ ਦਾ ਰਿਸ਼ਤਾ ਸੀ ਅਤੇ ਦੋਵਾਂ ਦਾ ਰਿਸ਼ਤਾ ਕਿਸ ਤਰ੍ਹਾਂ ਦੇ ਨਾਲ ਨਿਭ ਰਿਹਾ ਸੀ। ਹਾਲਾਂਕਿ ਬੇਅੰਤ ਕੌਰ ਬਾਜਵਾ ਦੇ ਵੱਲੋਂ ਇਸ ਗੱਲ ਨੂੰ ਨਕਾਰ ਦਿੱਤਾ ਗਿਆ ਕਿ ਸਾਡੀ ਲੜਾਈ ਹੁੰਦੀ ਸੀ। ਬੇਅੰਤ ਕੌਰ ਬਾਜਵਾ ਦਾ ਕਹਿਣਾ ਹੈ ਕਿ ਇਹ ਲੜਾਈ ਸਿਰਫ ਚੈਟ ਦੇ ਵਿੱਚ ਹੁੰਦੀ ਸੀ, ਫੋਨ 'ਤੇ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਸੀ। ਖੁਦ ਲਵਪ੍ਰੀਤ ਲਾਡੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਬੇਅੰਤ ਕੌਰ ਦੇ ਵੱਲੋਂ ਵਿਆਹ ਤੋਂ ਪਹਿਲਾਂ ਪੈਸੇ ਭੇਜੇ ਗਏ ਸਨ। ਤਕਰੀਬਨ $150 ਬੇਅੰਤ ਕੌਰ ਦੇ ਵੱਲੋਂ ਲਾਡੀ ਨੂੰ ਭੇਜਿਆ ਗਿਆ ਸੀ ਵਿਆਹ ਤੋਂ ਪਹਿਲਾਂ। ਤਾਂ ਕੀ ਬੇਅੰਤ ਕੌਰ ਲਵਪ੍ਰੀਤ ਨੂੰ ਪਿਆਰ ਕਰਦੀ ਸੀ? ਇਸ ਤਰ੍ਹਾਂ ਦੇ ਕਈ ਸਵਾਲ ਹਰ ਇੱਕ ਦੇ ਦਿਮਾਗ ਦੇ ਵਿੱਚ ਨੇ। ਫਿਲਹਾਲ ਅਸੀਂ ਹੁਣ ਤੱਕ ਦੀ ਵੱਡੀ ਖਬਰ ਹਾਜ਼ਰ ਹੋਵਾਂਗੇ। ਫਿਰ ਤੋਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਸ਼ੇਅਰ ਕਰੋ ਖਬਰ। ਧੰਨਵਾਦ। ਲਵਪ੍ਰੀਤ ਸਿੰਘ ਅਤੇ ਬੇਅੰਤ ਕੌਰ ਦਾ ਮਾਮਲਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਪਰ ਅਜੇ ਤੱਕ ਵੀ ਇਸ ਮਾਮਲੇ ਦੇ ਵਿੱਚ ਕੁਝ ਗੱਲਾਂ ਅਜਿਹੀਆਂ ਨੇ ਜੋ ਕਿ ਸਮਝ ਤੋਂ ਬਾਹਰ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਲਵਪ੍ਰੀਤ ਲਾਡੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਾਫੀ ਜ਼ਿਆਦਾ ਦਿੱਕਤਾਂ ਆਉਣ ਦੀ ਗੱਲ ਕੀਤੀ ਜਾ ਰਹੀ ਹੈ। ਪਰੇਸ਼ਾਨ ਨੇ ਉਹ ਕਿ ਆਖਿਰਕਾਰ 2 ਮਹੀਨੇ ਦਾ ਸਮਾਂ ਹੋਣ ਵਾਲਾ ਹੈ, 24 ਅਗਸਤ ਨੂੰ 2 ਮਹੀਨੇ ਦਾ ਸਮਾਂ ਪੂਰਾ ਹੋ ਜਾਣਾ ਹੈ, ਪਰ ਇਸ ਦੇ ਬਾਵਜੂਦ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਇਨਸਾਫ ਦੀ ਰਾਹ ਨਹੀਂ ਦਿਖ ਰਹੀ। ਉਹ ਚਾਹੁੰਦੇ ਹਨ ਕਿ ਇਸ ਮਾਮਲੇ ਦੇ ਵਿੱਚ ਬੇਅੰਤ ਕੌਰ ਬਾਜਵਾ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਵੇ ਅਤੇ ਉਸਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇੰਨਾ ਹੀ ਨਹੀਂ, ਉਸਦੇ ਪਰਿਵਾਰ 'ਤੇ ਵੀ ਜਿਹੜੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਹੋਣੇ ਚਾਹੀਦੇ ਨੇ ਉਹ ਸਾਰੀ ਕਾਰਵਾਈ ਮੁਕੰਮਲ ਕੀਤੀ ਜਾਵੇ। ਪਰ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕਰਦੇ ਹੋਏ ਲਵਪ੍ਰੀਤ ਦੀ ਭੈਣ ਦੇ ਵੱਲੋਂ ਕਿਹਾ ਗਿਆ ਸੀ ਕਿ ਹੁਣ ਉਸਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਰਹੀ। ਹਾਲਾਂਕਿ ਪਿਛਲੇ ਦਿਨੀ ਜਦੋਂ ਪ੍ਰੈਸ ਕਲੱਬ ਦੇ ਵਿੱਚ ਸਾਰਾ ਪਰਿਵਾਰ ਪਹੁੰਚਿਆ ਸੀ ਤਾਂ ਇਹ ਕਿਹਾ ਗਿਆ ਸੀ ਕਿ ਜੇਕਰ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਯਾਨੀ ਕਿ ਮੋਤੀ ਮਹਿਲ ਦਾ ਘਿਰਾਓ ਕਰਨਗੇ। ਇਹ ਵੀ ਕਿਹਾ ਗਿਆ ਜਾਂ ਫਿਰ ਉਹ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ। ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ 'ਤੇ ਦਬਾਅ ਬਣਾਉਣ ਦੀ ਪੂਰੀ ਤਰ੍ਹਾਂ ਦੇ ਨਾਲ ਕੋਸ਼ਿਸ਼ ਕੀਤੀ ਗਈ। NH-7 'ਤੇ ਧਰਨਾ ਪ੍ਰਦਰਸ਼ਨ ਕਰਕੇ ਆਵਾਜਾਈ ਨੂੰ ਰੋਕਿਆ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਇਸ ਮਾਮਲੇ ਦੇ ਵਿੱਚ ਸਿੱਟ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਲਵਪ੍ਰੀਤ ਲਾਡੀ ਦੇ ਕੈਨੇਡੀਅਨ ਵਕੀਲ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਬੇਅੰਤ ਕੌਰ ਬਾਜਵਾ ਕੈਨੇਡਾ ਵਿੱਚ ਪੱਕੀ ਹੋ ਜਾਂਦੀ ਹੈ ਪਰ ਬਾਅਦ ਦੇ ਵਿੱਚ ਉਸਦੇ ਕਾਗਜ਼ਾਤਾਂ ਦੇ ਵਿੱਚੋਂ ਕੋਈ ਗਲਤੀ ਜਾਂ ਫਿਰ ਧੋਖਾਧੜੀ ਦਾ ਕੇਸ ਨਿਕਲਦਾ ਹੈ ਤਾਂ ਉਸ ਤੋਂ ਬਾਅਦ ਵੀ ਉਸਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਗੱਲ ਨੂੰ ਕਈ ਵਾਰ ਕਈ ਜਗ੍ਹਾਵਾਂ 'ਤੇ ਕਈ ਲੋਕਾਂ ਦੇ ਵੱਲੋਂ ਨਕਾਰਿਆ ਜਾ ਰਿਹਾ ਹੈ, ਕਿਉਂਕਿ ਉਹਨਾਂ ਦਾ ਮੰਨਣਾ ਇਹ ਹੈ ਕਿ ਜੇਕਰ ਇੱਕ ਵਾਰੀ ਉਹ ਉੱਥੇ ਦੀ ਪੱਕੀ ਸਿਟੀਜ਼ਨ ਹੋ ਜਾਂਦੀ ਹੈ ਤਾਂ ਉਹ ਉਸ ਦੇਸ਼ ਦੀ ਹੀ ਸਿਟੀਜ਼ਨ ਹੋਵੇਗੀ ਅਤੇ ਉਹੀ ਸਰਕਾਰ ਉਸਦਾ ਸਾਰਾ ਨਿਬੇੜਾ ਕਰੇਗੀ। ਇਸ ਗੱਲ ਦੇ ਉੱਤਰ ਵਿੱਚ ਵਕੀਲ ਨੇ ਦੱਸਿਆ ਕਿ ਜਿਹੜੇ ਲੋਕ ਸੋਚਦੇ ਨੇ ਕਿ ਬੇਅੰਤ ਕੌਰ ਬਾਜਵਾ ਡਿਪੋਰਟ ਨਹੀਂ ਹੋ ਸਕਦੀ, ਉਹ ਬਿਲਕੁਲ ਗਲਤ ਸੋਚ ਰਹੇ ਨੇ। ਉਹਨਾਂ ਦੱਸਿਆ ਕਿ ਕੈਨੇਡਾ ਦੇ ਕਾਨੂੰਨ ਬਹੁਤ ਹੀ ਜ਼ਿਆਦਾ ਸਖਤ ਨੇ ਅਤੇ ਜੇਕਰ ਕਿਸੇ ਵੀ ਪ੍ਰਕਾਰ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹ ਇਸ ਸੰਬੰਧੀ ਨਵੇਂ ਕਾਨੂੰਨ ਵੀ ਬਣਾ ਸਕਦੇ ਨੇ, ਕਿਉਂਕਿ ਕੈਨੇਡਾ ਸਰਕਾਰ ਅਜਿਹੇ ਕੰਮਾਂ ਵਾਸਤੇ ਹੀ ਜਾਣੀ ਜਾਂਦੀ ਹੈ।